ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚੱਠਾ, ਤਹਿਸੀਲ ਬਟਾਲਾ ਅਤੇ ਜ਼ਿਲ੍ਹਾ ਗੁਰਦਾਸਪੁਰ, ਜਤਿੰਦਰ ਵੀਰ ਕੋਲ ਆਪਾਂ ਆਏ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3-4 ਮੱਝਾਂ ਅਤੇ ਕੁਛ ਗਾਵਾਂ ਤੁਹਾਨੂੰ ਦਿਖਾਉਣੀ। ਇਹਨਾਂ 'ਚ ਕੁਛ ਮਾਲ ਵਿਕਿਆ ਆ ਅਤੇ ਕੁਛ ਵਿਕਣ ਵਾਲਾ ਆ, ਅਤੇ ਪੁੱਛਦੇ ਹਾਂ ਸਾਰੀ ਡਿਟੇਲ। ਅਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੀ ਇੱਥੇ ਆ ਕੇ 2 ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ, ਅਤੇ ਜਿਹੜਾ ਕੋਈ ਵੀਰ ਨਹੀਂ ਪਹੁੰਚ ਸਕਦਾ ਵੀਡੀਓ ਕਾਲ 'ਤੇ ਆਪਣੀ ਚਵਾਈ ਕਰਾ ਲਿਆ ਕਰੋ, ਪਰ ਪਸ਼ੂ ਆਪਣੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਅਤੇ ਆਪਣੀ ਜ਼ਿੰਮੇਦਾਰੀ 'ਤੇ ਖੜਿਆ ਕਰੋ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾ, ਠੀਕ ਠਾਕ ਜੀ? ਵਧੀਆ ਜੀ, ਵਧੀਆ। ਚਲੋ ਵਧੀਆ ਚਾਹੀਦਾ ਜੀ। ਅਤੇ ਨਾਮ ਦੱਸ ਦੇ ਕਰੇ। ਜਤਿੰਦਰ ਸਿੰਘ, ਪਿੰਡ ਚੱਠਾ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਫੋਨ ਨੰਬਰ ਹੀ ਬੋਲ ਦਿਓ। 9568-2727-52। ਠੀਕ ਹੈ, ਵਿਕ ਗਿਆ ਪਰਸੋਂ ਵਾਲਾ ਮਾਲ? ਹਾਂਜੀ ਵਿਕ ਗਿਆ ਜੀ। ਤੇ ਅੱਜ ਵੀ ਕੁਛ ਵਿਕ ਗਈਆਂ ਵਿੱਚੋਂ? ਅੱਜ ਵੀ ਮਈਆਂ ਵਿੱਚੋਂ 2 ਲੈ ਗਏ, ਲੱਦ ਕੇ 2 ਕਰਨ ਵਾਲੀ ਗਈ ਮਈ। ਅੱਛਾ, ਇੱਕ ਗਾਂ ਤੇ ਮੱਝ ਵਿੱਚੋਂ ਇੰਨਾ ਚੋਂ ਵਿਕ ਗਈ? ਇਹਨਾਂ ਲਈ ਮੈਥੋਂ 2 ਪਰਸੋਂ ਲੈ ਕੇ ਗਏ ਸੀ। ਅੱਛਾ, ਹਾਂਜੀ 2 ਫਿਰ ਦੂਜਾ ਮਾਰਾ ਲੈ ਕੇ ਗਏ ਆ, ਅੱਜ ਤੇ 2 ਜੇ ਖੜਨ ਵਾਲੀ। 2 ਖੜਨ ਵਾਲੀਆਂ? ਹਾਂਜੀ, ਠੀਕ ਹੈ। ਤੇ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਜਿਹੜੀ, ਇੱਥੋਂ ਕਰ ਲਈਏ? ਹਾਂਜੀ ਹਾਂਜੀ, ਇੱਥੋਂ ਕਰ ਲਈਏ। ਇਹ ਪਹਿਲੇ ਝੋਟੀ ਜੀ ਵੀਰ ਜੀ ਸੂਈ ਵੇਖਣ ਨੂੰ ਦੂਜਾ ਨਹੀਂ ਲੱਗਦੀ ਜੇ ਬਣੀ ਉਦਾਂ ਕਿਤੇ ਪੱਕੇ ਹੋਊਗੀ, ਪਰ ਪਹਿਲਾਂ ਨੇ ਘਰ ਵਾਲੇ ਆਥੇ। ਠੀਕ ਆ, ਕੋਈ ਦੂਜੇ ਗਲੇ ਅਸੀਂ ਤੇ ਪਹਿਲਾਂ ਕਰਕੇ ਪਹਿਲਾਂ ਨਹੀਂ, ਅਸੀਂ ਵੀ ਦੂਜੇ ਨੇ ਉਹਦੇ ਹੈ ਪਹਿਲਾਂ ਨੇ ਆ। ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ? ਬੱਚਾ 5-6 ਵਜੇ ਸੂਈ ਜੇ। ਹਾਂ ਬੱਚਾ ਹੀ ਮਗਰ ਕੱਟਾ ਕੱਟੀ ਜੇ? ਕੱਟਾ ਕੱਟਾ। ਠੀਕ ਹੈ ਜੀ। ਦੱਸ ਕੋਲ ਵੀਰ ਜੀ, 2-3 ਦਿਨ 9 ਕੋਲ ਦੀ ਗਾਰੰਟੀ ਦਵਾਂਗਾ, ਹੋ ਕੇ 2-3 ਦਿਨ ਦਿਖਾਂ ਜੋ ਗੜੇ ਕਰਕੇ ਤਸੱਲੀ ਕਰਕੇ ਕਰੇ। ਚਵਾਈ 1 ਨੰਬਰ ਹੋ ਗਈ। ਤੇ ਆ ਹਵਾਨਾ ਇਹਦਾ ਦੇਖ ਸਕਦੇ ਆਪਾਂ ਲਾਗੇ ਤਾਂ। ਕਿੰਨਾ ਜੀ ਵੀਰ ਜੀ ਪੱਕਾ ਦੁੱਧ ਤਿਆਰ ਹੈ? ਦੇਖੋ ਤਿਆਰ ਬਿਲਕੁਲ, 9 ਲੀਟਰ ਤੇ ਕਿੰਨਾ ਕੁ ਦੁੱਧ ਕਰੀ ਜਾਊਗੀ? ਤੇ ਇਹਦਾ ਮੁੱਲ ਤੇ ਕਿੰਨੇ ਦੀ ਦੇ ਦਈਏ? 10-2 ਜਿੰਨੇ ਕਹੋਗੇ ਦੇ ਦਿੰਦੇ ਆ। ਯੈਸ ਨੋ ਕਰ ਦਈਏ ਫਿਰ? ਹਾਂਜੀ, ਪੂਰੇ 70 ਦੀ। 70 ਜੇ ਕਰ ਦਿੰਦੇ ਮਾਣ। ਕਿੰਨਾ? ਹਾਂਜੀ ਕਿੰਨਾ? ਹਾਂ ਨਾ ਝੋੜੀ 65,000 ਦੀ ਵੀ 65,000 ਦੀ ਦੇ ਦੋਗੇ, ਤੇ ਬਾਕੀ ਛੋਟ ਛੜ ਮੌਕੇ ਥੋੜੀ ਬਾਤੀ ਹੋਰ ਕਰ ਦੋਗੇ? ਛੋੜ ਹੁਣ ਕਰਾਂਗਾ ਆਪਣੀ ਮਰਜ਼ੀ ਨਾਲ, ਬਾਕੀ ਝੋੜੀ ਇਦਾਂ ਦੀ ਮਿਲੂਗੀ ਨਾ ਭਾ। ਬਾਕੀ ਇਹ ਆ ਵੀ ਚਲੋ ਸਫਾਈ ਜਿਆ ਥੱਲੇ ਜਿੰਨੀ ਵੀ ਆ ਸੋਹਣੀ ਝੋੜੀ ਹੈ ਕਿ ਬੰਦੇ ਕੋਈ ਉਂਗਲ ਨਾ ਦਰਾ ਹੋਗੀ ਝੋੜੀ। ਤੇ ਥਣ ਥੋਂ ਓਕੇ ਸਾਰੇ? ਬਿਲਕੁਲ, ਕੋਈ ਚੋਗੇ ਤਸੱਲੀ ਕਰਕੇ ਕਵਾਦ ਘੱਟ ਜਾਂ ਕੁਛ ਕੋਈ ਭੂਰ ਛਟਾ ਵਾਦ ਘੱਟ ਹੋਗੀ ਤੇ ਕਿਰਾਇਆ ਵੀ ਦਵਾਂਗੇ। ਠੀਕ ਹੈ ਜੀ। ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਝੋਟੀ, ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ? ਇਹਨੂੰ ਸੂਈ ਨੂੰ ਅੱਜ ਤੀਜਾ ਦਿਨ, ਤੀਸਰਾ ਦਿਨ ਆ। ਉਹ ਜੇ ਕੱਟਾ ਜੇ ਮਗਰ, ਹਾਂ ਕੱਟਾ ਜੀ, ਤਾਜ਼ਾ ਹੀ ਬੱਚਾ ਜਿਹੜਾ। ਤੇ ਇਹਦੇ ਕੋਲ ਕਿੰਨਾ ਦੁੱਧ ਤਿਆਰ ਜੀ? ਵੀਰ ਜੀ ਗੋਲਾ ਹੋਣਾ 7-8 ਕਿਲੋ। ਅੱਛਾ, ਤੇ ਕਿੰਨਾ ਕਰੀ ਜਾਊਗੀ? ਤੇ ਵੀ 10 ਲੀਟਰ ਨੂੰ ਬਾਹਰ ਜਾਊਗੀ। ਲੈ ਆਓ ਜੀ। ਆ ਜੀ ਲੈ ਆਓ ਮੈਕੂ ਭਾਜੀ। ਬਾਕੀ ਥੱਲੇ ਐਵੇਂ ਦੇਖ ਸਕਦੇ ਜੀ, ਫਿਕਸ ਜੀ ਹਵਾਨੇ ਦੀ ਆ ਜਿਹੜੀ। ਇਹ ਤਾਂ ਹੁਣ ਚੋਈਆਂ ਚੋਈਆਂ ਟਾਈਮ ਅਜੇ ਕੀ ਹੋਇਆ ਇਦਾਂ ਵੱਜੇ ਆ। ਤੇ ਇਹਦਾ ਫਿਰ ਮੁੱਲ? ਇਹਦਾ ਮੁੱਲ ਬਾਕੀ ਵੀਰ ਜੀ, ਜੇ ਝੋਟੀ ਕੋਈ ਵੀ ਔਲ ਕਰੇ ਹਾਂਜੀ ਤਾਂ ਵੀ ਵਾਪਸ ਰਵਾਂਗੇ। ਅੱਛਾ, ਜੇ ਕੋਈ ਚੋਗੇ ਖੜੂ ਉਹਦੀ ਗਰੰਟੀ ਨਹੀਂ, ਜੇ ਕੋਈ ਆਨਲਾਈਨ ਮੰਗਾਊਗਾ ਤੇ। ਅੱਛਾ, ਇਹਦਾ ਮੁੱਲ ਕਰਨ ਨੂੰ 70,000 ਹੀ ਆ ਮੁੱਲ। ਤੇ ਕਿੰਨੇ ਦੀ ਜੈਸ ਨੂੰ? 65 ਦੀ ਦੇ ਦੀਏ। 65 ਚੋਂ ਕਰ ਦਈਏ ਮਨਤਾ ਨੂੰ? ਦੱਸੋ ਕਿੰਨਾ ਕਰ ਦਈਏ? 62 ਦੀ ਦੇ ਦਈਏ। ਹਾਂ ਨਾ 60,000 ਦੀ ਝੋਟੀ, 60,000 ਦੀ ਦੇ ਦੇਣੀ। ਠੀਕ ਹੈ, ਤੇ ਬਾਕੀ ਇਹ ਆ ਵੀ ਇੱਥੋਂ ਹੀ ਆਪਣੀ ਚਵਾਈ ਕਰਕੇ ਵੇਚ ਚਾਖ ਕੇ ਖੜੋ, ਨਹੀਂ ਤੇ ਕੋਈ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਜੀ। ਤੇ ਹੁਣ ਆ ਵੀ ਵਿਕਣ ਵਾਲੀ ਜੀ? ਹਾਂਜੀ, ਇਹਦੇ ਕੋਲ 9-10 ਦਿਨ ਤਿਆਰ ਹੋਊਗਾ ਵੀਰ ਜੀ, ਇਹਨੂੰ ਹਫ਼ਤਾ ਹੋਇਆ ਸੂਈ ਨੂੰ ਮਗਰ ਕੱਟਾ ਜੇ। ਅੱਛਾ, 9-10 ਦੇ ਲਾਗੇ ਬੰਨੇ ਹੈਗਾ? 9 ਤੋਂ ਬਾਹਰ ਹੋਊਗਾ, 10 ਤੋਂ ਬਾਹਰ ਹੋ ਸਕਦਾ, ਪਰ 9 ਕਿਲੋ ਦੀ ਗਰੰਟੀ ਦੇਵਾਂਗੇ, ਕਿਉਂਕਿ ਤਸੱਲੀ ਕਰਕੇ ਵੀ ਖੜੇ ਤੋਰੋ। ਹਾਂ ਫਿਰ ਇਹਨਾਂ ਵੀ ਇੱਕ ਵਾਰੀ ਇਹਦੇ ਮਗਰ ਬੱਚਾ ਕੀ ਜੀ? ਕੱਟਾ। ਅੱਛਾ, ਇਹਦੇ ਮਗਰ ਕੱਟਾ, ਉਹ ਬੱਚਾ ਦੇ ਦਾ ਕੱਟਾ, ਉਹ ਕਾਲਾ ਆ, ਕਾਲਾ ਕੱਟਾ ਜੀ। ਹਾਂ ਜੀ, ਦੂਈ ਜੀ ਆਇਆ।
हाँ देख सकते हवाना ये लागे तो फिर मुल गबन है जर्सी क्रॉस थल्यों चंगी भरन दी अज लाया बाकी कद काठ की चंगी है निगर है जिन्नी भी आ बाकी आ गां ते मज आउण तों पहलां ही वेखी इन्हां दा सौदा हो गया जिहड़ा अच्छा ठीक है ते बाकी इहदे थाने तुहानूं इक वारी लागे ते दिखा लई आ देख सकदे ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਵੀ ਜੀ ਦੁੱਧ ਵੀ ਜੀ ਪਹਿਲਾਂ ਤਾਂ 15 16 ਕਿਲੋ ਦਿੱਤਾ ਨਾਰਮਲ ਸੇਵਾ ਤੇ ਅੱਛਾ 17 18 ਕਿਲੋ 20 ਵੀ ਦੇ ਸਕਦੀ ਕੋਈ ਸੇਵਾ ਮੌਸਮ ਚੰਗਾ ਅੱਗੇ ਨਾਲੇ ਅੱਛਾ ਹਾਂਜੀ ਬਾਕੀ ਹਾਂ ਦੀ ਪਿੱਛੇ ਦੀ ਸਾਡੀ ਗੱਲ ਹੋਊਗੀ ਠੰਡੀ ਧੀਰੀ ਹੋਊਗੀ ਵੈਟ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤੇ ਕਰ ਦੂੰਗਾ 5000 ਕਰ ਲਈਏ ਅੱਛਾ 45000 ਦੀ ਲਵਾਂਗੇ ਕਰ ਦਈਏ ਹੋਰ ਮਾਨ ਵਿੱਚ ਦੱਸੋ ਕਿੰਨਾ ਕਰ ਆਪ ਹੀ ਕਰ ਦੋ ਜੱਸ ਨੂੰ ਹਾਂ ਨਾ ਪੂਰੇ 40 ਦੀ ਕਰ ਦੇਣਾ ਅੱਛਾ 40000 ਦੀ ਦੇ ਦਾਂਗੇ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਹੈ ਹਾਂਜੀ ਠੀਕ ਹੈ ਜੀ ਬਾਕੀ जो भी है सारा कुछ ताडे सामने ही है अपनी समझना वेस चाख के तसली करके ते अपनी मर्जी नाल पशु खरीदो जी सुइयां दे दो टाइम चोए कर लो ते गब्बन अपनी पास कर लो।